ਇਹ ਕਮੈਸਾਂ ਮੈਂ ਦੱਸਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੈ ਜਿਹੜੀ ਉਹ ਆਮ ਲੋਕਾਂ ਦੀ ਸਰਕਾਰ ਹੈ ਆਮ ਆਦਮੀਆਂ ਦੀ ਸਰਕਾਰ ਹੈ ਮੈਂ ਸਮਝਦਾ ਕਿ ਮੁਲਕ ਦੇ ਲੋਕਾਂ ਨੇ ਹੁਣ ਤੱਕ ਰੇਟ ਟੈਕਸਸ ਵਾਧੇ ਤਾਂ ਬੜੀ ਬਾਰ ਦੇਖੇ ਹੋਣਗੇ ਪਰ ਘਟਣ ਦੀਆਂ ਬਿਰਲੀਆਂ ਹੀ ਐਗਜ਼ਾਮਪਲਸ ਹੋਣਗੀਆਂ 30% ਤੋਂ ਸਿੱਧਾ 16.75% ਕਰ ਦੇਣਾ ਤੇ ਤਕਰੀਬਨ 8 ਰੁਪਏ 36 ਪੈਸੇ ਪਰ ਲੀਟਰ ਡੀਜ਼ਲ ਸਸਤਾ ਕਰ ਦੇਣਾ ਮੈਂ ਸਮਝਦਾ ਕਿ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਇਸ ਆਰਥਿਕਤਾ ਦੇ ਔਖੇ ਸਮੇਂ ਦੇ ਵਿੱਚ ਅਰਵਿੰਦ ਜੀ ਨੇ ਦਿੱਲੀ ਦੇ ਲੋਕਾਂ ਨੂੰ ਦਿੱਤੀ ਹੈ ਮੈਂ ਸਮਝਦਾ ਕਿ ਹੁਣ ਇਹ ਬਹੁਤ ਵੱਡਾ ਚੈਲੰਜ ਅ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੀ ਲੀਡਰਸ਼ਿਪ ਦੇ ਨੇ ਇਹਨਾਂ ਸਰਕਾਰਾਂ ਦੇ ਲਈ ਹੈ ਪੰਜਾਬ ਸਰਕਾਰ ਦੇ ਲਈ ਹੈ ਕੇਂਦਰ ਸਰਕਾਰ ਦੇ ਲਈ ਹੈ ਕਿਉਂਕਿ ਜਦੋਂ ਇਹ ਰੇਟਸ ਵਧੇ ਸੀਗੇ ਨੋਟ ਆਊਟ ਸਾਰੀਆਂ ਸਰਕਾਰਾਂ ਨੇ ਵਧਾਏ ਸੀਗੇ ਤੇ ਉਦੋਂ ਇਹ ਤਿੰਨੇ ਪਾਰਟੀਆਂ ਦੇ ਲੋਕ ਸੰਗ ਪਾੜ ਪਾੜ ਕੇ ਕਹਿੰਦੇ ਸੀਗੇ ਕਿ ਜੀ ਅਰਵਿੰਦ ਕੇਜਰੀਵਾਲ ਜੀ ਨੇ ਰੇਟ ਵਧਾ ਦਿੱਤਾ ਤੇ ਹੁਣ ਇਹਨਾਂ ਲਈ ਚੈਲੰਜ ਹੈ ਕਿ ਕਿ ਇਹ ਅਰਵਿੰਦ ਜੀ ਦੇ ਨਕਸ਼ੇ ਕਦਮ ਦੇ ਉੱਪਰ ਚੱਲਦੇ ਹੋਏ ਪੰਜਾਬ ਦੇ ਵਿੱਚ ਔਰ ਕੇਂਦਰ ਦੇ ਵਿੱਚ ਕੇਂਦਰ ਨੇ ਐਕਸਾਈਜ਼ ਡਿਊਟੀ ਵਧਾ ਦਿੱਤੀ ਸੀਗੀ 13 ਰੁਪਏ ਔਰ 16 ਰੁਪਏ ਪੈਟਰੋਲ ਔਰ ਡੀਜ਼ਲ ਦੇ ਵਿੱਚ ਪੰਜਾਬ ਨੇ ਵੀ ਵੱਟ ਵੱਡੇ ਪੱਧਰ ਤੇ ਉੱਪਰ ਵੈਟ ਦੀਆਂ ਦਰਾਂ ਨੇ ਵਧਾ ਦਿੱਤੀਆਂ ਸੀਗੀਆਂ ਔਰ ਅੱਜ ਵੀ ਪੰਜਾਬ ਦੀਆਂ ਵੈਟ 5 ਰੁਪਏ 6 ਰੁਪਏ ਲੀਟਰ ਅੱਜ ਵੀ ਨੇਬਰਿੰਗ ਸਟੇਟਸ ਨਾਲੋਂ ਮਹਿੰਗਾ ਹੈ ਜਿਸ ਦੀ ਵਜ੍ਹਾ ਕਰਕੇ ਜਿਹੜਾ ਪੈਟਰੋਲ ਪੰਪ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਵੀ ਆਰਥਿਕ ਮੰਧਾਲੀ ਦੇ ਵਿੱਚੋਂ ਗੁਜ਼ਰ ਰਹੇ ਨੇ ਔਰ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਮਾਰ ਪੈ ਰਹੀ ਹੈ ਮਹਿੰਗਾਈ ਸਿਰ ਚੜ੍ਹ ਕੇ ਬੋਲ ਰਹੀ ਹੈ ਸੋ ਹੁਣ ਇਹ ਚੈਲੰਜ ਹੈ ਦੇਖਣ ਦੀ ਗੱਲ ਹੈ ਕਿ ਇਹ ਸਰਕਾਰਾਂ ਚਾਹੇ ਪੰਜਾਬ ਸਰਕਾਰ ਦੇ ਚਾਹੇ ਕੇਂਦਰ ਸਰਕਾਰ ਆਪਦੀ ਐਕਸਾਈਜ਼ ਡਿਊਟੀ ਔਰ ਵੈਟ ਘਟਾਉਂਦੀਆਂ ਨੇ ਜਾਂ ਨਿਕਟ ਹੁੰਦੀਆਂ ਹੈਗੀਆਂ ਦੇਖੋ ਇਸ ਤਰ੍ਹਾਂ ਕੇ ਸੰਜੀਦਗੀ ਦਾ ਨਾਂ ਇਹ ਸਰਕਾਰ ਦਾ ਪਿਛਲੀ ਸਰਕਾਰ ਪਿਛਲੀ ਸਰਕਾਰ ਵੇਲੇ ਤੁਸੀਂ ਦੇਖਿਆ ਹੋਵੇਗਾ ਚਿੱਟੀ ਮੱਖੀ ਦਾ ਵੇਲੇ ਇੱਕ ਕਿਸਾਨਾਂ ਦੇ ਨਾਲ ਧੋਖਾ ਹੋਇਆ ਸੀਗਾ ਤੇ ਹੁਣ ਇਸ ਸਰਕਾਰ ਦੇ ਵਿੱਚ ਬੀਜ ਘਟਾਲਾ ਹੋ ਗਿਆ ਉਸ ਤੋਂ ਬਾਅਦ ਜਿਪਸਮ ਘਟਾਲਾ ਹੋ ਗਿਆ ਔਰ ਮੈਂ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਕਿ ਜਿਆਦਾ ਜਿਹੜੇ ਘਟਾਲੇ ਹੁੰਦੇ ਨੇ ਉਹ ਉਹਨਾਂ ਮਹਿਕਮਿਆਂ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਜੀ ਆਪ ਇੰਚਾਰਜ ਨੇ ਜਿਹੜੇ ਜਿਨ੍ਹਾਂ ਉਮਰਿੰਦਰ ਸਿੰਘ ਕੋਲੇ ਨੇ ਚਾਹੇ ਐਕਸਰਸਾਈਜ਼ ਦੀ ਗੱਲ ਕਰ ਲਈਏ ਚਾਹੇ ਐਗਰੀਕਲਚਰ ਦੀ ਗੱਲ ਕਰ ਲਈਏ ਸੋ ਮੈਂ ਸਮਝਦਾ ਕਿ ਕੈਪਟਨ ਉਮਰਿੰਦਰ ਸਿੰਘ ਦੀ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਜਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਜੇ ਪਤਾ ਨਹੀਂ ਲੱਗਦਾ ਹੈਗਾ ਤਾਂ ਵੀ ਜ਼ਿੰਮੇਵਾਰੀ ਇਨਕੰਪੀਟੈਂਸ ਉਹਨਾਂ ਦੀ ਹੈ ਤੇ ਜੇ ਉਹਨਾਂ ਦੀ ਸ਼ੈ ਦੇ ਨਾਲ ਉਹਨਾਂ ਦੀ ਥਾਪੜੇ ਨਾਲ ਜੇ ਇਸ ਤਰ੍ਹਾਂ ਦੇ ਘਟਾਲੇ ਹੋ ਰਹੇ ਨੇ ਤੇ ਸਿੱਧਮ ਸਿੱਧੇ ਤੌਰ ਦੇ ਉੱਪਰ ਕੈਪਟਨ ਉਮਰਿੰਦਰ ਸਿੰਘ ਜ਼ਿੰਮੇਵਾਰ ਨੇ ਔਰ ਸਮਝਦਾ ਕਿ ਕਿਸਾਨੀ ਦੇ ਨਾਲ ਅੱਜ ਜਿਹੜੀ ਕਿਸਾਨੀ ਮੰਦ ਹਾਲੀ ਦੇ ਵਿੱਚੋਂ ਗੁਜ਼ਰ ਰਹੀ ਹੈ ਇਸ ਤਰ ਔਰਚੁਨੇਟ ਨੇ ਤੇ ਕਿਸਾਨੀ ਦਾ ਲੱਕ ਤੋੜ ਕੇ ਇਹਨਾਂ ਨੇ ਰੱਖ ਦੇਣਾ ਹੈ